सत श्री अकाल करोना अपडेट दे विच तुहाडा स्वागत है। मैं हाँ नीरज कुमार। उम्मीद करदा कि तुसी सेहतमंद होवोगे अते तंदुरुस्त होवोगे। इस तों इलावा जो भी सावधानियां सेहत विभाग वालों दित्तियां गईयां ने उसकी बखूबी पालना करदे होवोगे तां ही जो है आपां करोना दे उत्ते जित प्राप्त करांगे। दोस्तों जिवें कि तुहानूं पता ही है असीं अपनी इस खबरां दे विच करोना दे बारे गल करदे आ, तां तुहानूं हुण दस दईए कि कुछ सिचुएशन है करोना दी अपने देश दे विच ते अपने दे आले दुआले दे सूबिआं दे विच। जेकर शुरुआत कीती जावे तां तुहानूं सब तों पहलां असीं अंकड़िआं दे राहीं दिखावांगे कि किन्ने मामले जो ने पूरे देश दे विच सामने आए ने ते किन्ने मामले जो होर सूबे ने ਉਹ ਸਾਹਮਣੇ ਆਏ ਨੇ। ਤਾਂ ਤੁਹਾਨੂੰ ਦਿਖਾਉਂਦੇ ਹਾਂ ਅੰਕੜਿਆਂ ਦੇ ਰਾਹੀਂ ਕਿ ਕੀ ਸਿਚੁਏਸ਼ਨ ਚੱਲ ਰਹੀ ਹੈ ਆਪਣੇ ਦੇਸ਼ ਦੇ ਵਿੱਚ ਕਰੋਨਾ ਦੀ, ਅਤੇ ਹੁਣ ਤੱਕ ਕਿੰਨੇ ਮਰੀਜ਼ ਜੋ ਨੇ ਸਾਹਮਣੇ ਆ ਚੁੱਕੇ ਨੇ, ਅਤੇ ਹੁਣ ਤੱਕ ਪੂਰੇ ਜੋ ਦੇਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਮਰੀਜ਼ ਸਾਹਮਣੇ ਆਏ ਨੇ ਅਤੇ ਕਿੰਨੇ ਕੁ ਸਿਹਤਯਾਬ ਹੋਏ ਨੇ। ਇਸ ਤੋਂ ਇਲਾਵਾ ਸੂਬਿਆਂ ਦੀ ਕੀ ਸਥਿਤੀ ਹੈ, ਬੀਤੇ 24 ਘੰਟਿਆਂ ਦੇ ਵਿੱਚ ਉੱਥੇ ਕਿੰਨੇ ਮਾਮਲੇ ਆਏ ਨੇ ਅਤੇ ਕਿੰਨਿਆਂ ਨੇ ਰਿਕਵਰ ਕੀਤਾ, ਤੁਹਾਨੂੰ ਦਿਖਾਉਂਦੇ ਹਾਂ ਇਸ ਅੰਕੜਿਆਂ ਦੇ ਰਾਹੀਂ ਕਿ ਕੀ ਸਿਚੁਏਸ਼ਨ ਆਪਣੇ ਦੇਸ਼ ਅਤੇ ਸੂਬਿਆਂ ਦੇ ਵਿੱਚ ਹੈ। ਸੋ ਸ਼ੁਰੂਆਤ ਕਰਦੇ ਹਾਂ, ਤੁਹਾਨੂੰ ਦੱਸ ਦਈਏ ਕਿ ਬੀਤੇ 24 ਘੰਟਿਆਂ ਦੇ ਵਿੱਚ ਦੇਸ਼ 'ਚ ਕਰੋਨਾ ਦੇ ਨਵੇਂ ਮਾਮਲੇ ਜੋ ਨੇ ਉਹ 382,000 ਦੇ ਕਰੀਬ ਸਾਹਮਣੇ ਆਏ ਨੇ, ਅਤੇ 3,780 ਮਰੀਜ਼ਾਂ ਦੀ ਜੋ ਹੈ ਉਹ ਜਾਨ ਚਲੀ ਗਈ ਹੈ। ਰਾਹਤ ਵਾਲੀ ਖਬਰ ਇਹ ਹੈ ਕਿ ਬੀਤੇ 24 ਘੰਟਿਆਂ 'ਚ 337,000 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਵੀ ਦੇ ਦਿੱਤੀ ਹੈ। ਦੇਸ਼ 'ਚ ਕੁੱਲ ਕਰੋਨਾ ਸੰਕਰਮਿਤਾਂ ਦਾ ਅੰਕੜਾ ਜੋ ਹੈ ਉਹ 2,82,833 ਦੇ ਕਰੀਬ ਹੋ ਚੁੱਕਾ ਹੈ। ਉੱਥੇ ਜੇਕਰ ਕਰੋਨਾ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਉਹ ਹੋ ਚੁੱਕਾ ਹੈ 2,22,400 ਦੇ ਕਰੀਬ। ਇਸ ਸਮੇਂ ਦੇਸ਼ ਦੇ ਵਿੱਚ ਜੇਕਰ ਐਕਟਿਵ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚ ਇਸ ਸਮੇਂ ਐਕਟਿਵ ਕੇਸ 34,47,133 ਦੇ ਕਰੀਬ ਹਨ। ਗੱਲ ਕਰੀਏ ਸੂਬੇ ਦੀ ਤਾਂ ਪੰਜਾਬ 'ਚ ਬੀਤੇ 24 ਘੰਟਿਆਂ ਦੇ ਵਿੱਚ 7,600 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਨੇ। ਇਸ ਦੌਰਾਨ 173 ਲੋਕਾਂ ਦੀ ਜਾਨ ਵੀ ਚਲੀ ਗਈ। ਪੰਜਾਬ 'ਚ ਇਸ ਸਮੇਂ 60,000 ਤੋਂ ਵੱਧ ਐਕਟਿਵ ਕੇਸ ਹਨ। ਉੱਥੇ ਜੇਕਰ ਗੱਲ ਕੀਤੀ ਜਾਵੇ ਮਹਾਰਾਸ਼ਟਰ ਦੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਦੇ ਵਿੱਚ ਜੋ ਸਥਿਤੀ ਹੈ ਕਾਫੀ ਭਿਆਨਕ ਹੈ। ਜੇਕਰ ਬੀਤੇ 24 ਘੰਟਿਆਂ ਦੀ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ ਬੀਤੇ 24 ਘੰਟਿਆਂ 'ਚ 51,800 ਲੋਕ ਸੰਕਰਮਿਤ ਹੋਏ ਨੇ ਅਤੇ 65,000 ਤੋਂ ਵੱਧ ਲੋਕ ਜੋ ਨੇ ਉਹ ਸਿਹਤਯਾਬ ਵੀ ਬੀਤੇ 24 ਘੰਟਿਆਂ ਦੇ ਵਿੱਚ ਹੋਏ ਨੇ। ਉੱਥੇ ਜੇਕਰ ਮੌਤਾਂ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ 'ਚ ਬੀਤੇ 24 ਘੰਟਿਆਂ 'ਚ 890 ਲੋਕਾਂ ਦੀ ਜੋ ਹੈ ਉਹ ਮੌਤ ਵੀ ਹੋਈ ਹੈ। ਉੱਥੇ ਜੇਕਰ ਗੱਲ ਕੀਤੀ ਜਾਵੇ ਦਿੱਲੀ 'ਚ ਤਾਂ ਦਿੱਲੀ ਦੇ ਵਿੱਚ 18,043 ਨਵੇਂ ਮਰੀਜ਼ ਸਾਹਮਣੇ ਆਏ ਨੇ ਅਤੇ 20,200 ਲੋਕਾਂ ਨੇ ਮਾਤ ਦੇ ਦਿੱਤੀ ਹੈ। ਦਿੱਲੀ 'ਚ ਬੀਤੇ 24 ਘੰਟਿਆਂ 'ਚ 440 ਮੌਤਾਂ ਵੀ ਹੋਈਆਂ ਨੇ। ਉੱਧਰ ਜੇਕਰ ਗੱਲ ਕੀਤੀ ਜਾਵੇ ਉੱਤਰ ਪ੍ਰਦੇਸ਼ ਦੀ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਵੀ ਬੀਤੇ 24 ਘੰਟਿਆਂ 'ਚ 25,000 ਤੋਂ ਵਧੇਰੇ ਕੇਸ ਸਾਹਮਣੇ ਆਏ ਨੇ ਅਤੇ 36,000 ਰਿਕਵਰ ਹੋਏ ਨੇ, ਜਦਕਿ 351 ਲੋਕਾਂ ਦੀ ਮੌਤ ਵੀ ਹੋ ਗਈ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਵਿੱਚ 13,000 ਨਵੇਂ ਮਾਮਲੇ ਬੀਤੇ 24 ਘੰਟਿਆਂ ਦੇ ਵਿੱਚ ਸਾਹਮਣੇ ਆਏ ਨੇ ਅਤੇ 12,000 ਤੋਂ ਵੀ ਵੱਧ ਲੋਕ ਸਿਹਤਯਾਬ ਹੋਏ ਨੇ ਅਤੇ 130 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।